ਬਹੁਤ ਮਿਲਾਵਟ ਆ ਰਹੀ ਹੈ। ਪਨੀਰ ਤਾਂ ਬਹੁਤ ਵੱਡਾ ਮਾਫੀਆ ਚਲਾ ਰਿਹਾ, ਪਨੀਰ ਤਾਂ ਮੈਕਸੀਮਮ ਨਕਲੀ ਆ ਰਿਹਾ। ਜੇ ਤੁਸੀਂ ਵਧੀਆ ਰਿਪਿਊਟਡ ਕੰਪਨੀ ਤੋਂ ਨਹੀਂ ਲਓਗੇ ਉੱਥੇ ਉਹ ਨਕਲ ਆ ਰਹੀ ਹੈ। ਅੱਜ ਮਿਲਾਵਟ ਕਿਹੜੇ ਮਸਾਲੇ 'ਚ ਨਹੀਂ ਹੈ, ਮਿਲਾਵਟ ਕਿਹੜੇ ਤੁਹਾਡਾ ਦਾਲ ਹਰ ਚੀਜ਼ ਜਿਹੜੀ ਰਸੋਈ 'ਚ ਜਾ ਰਹੀ ਕਿ ਇਹ 'ਚ ਮਿਲਾਵਟ ਨਹੀਂ ਹੈਗੀ, ਮਿਲਾਵਟ ਹਰ ਚੀਜ਼ 'ਚ ਆ। ਪਰ ਦੁੱਧ ਇਹੋ ਜਿਹੀ ਚੀਜ਼ ਆ, ਜੇ ਤੁਸੀਂ ਰਿਪਿਊਟਡ ਕੰਪਨੀ ਤੋਂ ਲਓ, ਸਿੱਧਾ ਫਾਰਮਰ ਤੋਂ ਲਓ, ਦੁੱਧ ਅਤੇ ਦੁੱਧ ਪ੍ਰੋਡਕਟ ਤੁਸੀਂ ਕੰਪਨੀ ਤੋਂ ਲੈਂਦੇ, ਮੰਨ ਲਓ ਵੇਰਕਾ ਤੋਂ ਦੁੱਧ ਜਾਂ ਪਨੀਰ ਲੈਂਦੇ ਹੋ, ਠੀਕ ਹੈ, ਜਾਂ ਸੁਪਰ ਤੋਂ ਲੈਂਦੇ ਹੋ ਜਾਂ ਨੈਸਲੇ ਤੋਂ ਕਿਸੇ ਤੋਂ ਵੀ ਲੈਂਦੇ ਹੋ, ਉੱਥੇ ਤੁਹਾਨੂੰ ਉਹ ਜ਼ਿੰਮੇਵਾਰ ਆ, ਉਹ ਤੁਹਾਨੂੰ ਬਿਲਕੁਲ ਟੈਸਟ ਕਰਕੇ ਦੁੱਧ ਲੈਂਦੇ, ਟੈਸਟ ਕਰਕੇ ਉਹਨਾਂ ਦਾ ਜਿਹੜੇ ਸਾਰੇ ਪ੍ਰੋਡਕਟ ਨਿਕਲਦੇ ਪੂਰੇ ਸਹੀ ਪ੍ਰੋਡਕਟ ਨੇ। ਹੁਣ ਇਹ ਕਹਿੰਦੇ ਜੀ ਪੰਜਾਬ 'ਚ 16 ਲੱਖ ਲੀਟਰ ਦੁੱਧ ਪੈਦਾ ਹੁੰਦਾ ਅਤੇ ਬਾਕੀ ਦੁੱਧ ਨਕਲੀ ਆ। ਪੰਜਾਬ ਦੇ ਵਿੱਚ 3 ਕਰੋੜ ਲੀਟਰ ਤੋਂ ਵੱਧ ਦੁੱਧ ਪੈਦਾ ਹੁੰਦਾ, 1.5 ਕਰੋੜ ਪਿੰਡਾਂ ਦੇ ਵਿੱਚ ਯੂਜ਼ ਹੁੰਦਾ ਜਿਹੜਾ, ਜਾਂ ਜਿਹੜੇ ਪ੍ਰੋਡਕਟ ਜਿਹੜੇ ਆਪਣੇ ਲਈ ਦੁੱਧ ਪੈਦਾ ਕਰਦੇ ਜਾਂ ਪਿੰਡ ਪਿੰਡ ਦੇ ਵਿੱਚ ਜਿੱਥੇ ਪ੍ਰੋਡਕਸ਼ਨ ਹੁੰਦੀ ਆ। 75 ਲੱਖ ਲੀਟਰ ਦੁੱਧ ਜਿਹੜੀਆਂ ਔਰਗੇਨਾਈਜ਼ ਸੈਕਟਰ 'ਚ ਵੇਰਕਾ ਨੈਸਲੇ ਸਾਰੀਆਂ ਕੰਪਨੀ, ਜਿਵੇਂ 30 ਲੱਖ ਤਾਂ ਇਕੱਲਾ ਵੇਰਕਾ ਹੀ ਲੈਂਦਾ ਜੀ ਸਰਦੀਆਂ ਦੇ ਵਿੱਚ, ਅਤੇ 75 ਲੱਖ ਦੋਧੀ ਅਤੇ ਜਿਹੜੇ ਹਲਵਾਈ ਉਹ ਲੈਂਦੇ ਆ। ਮਤਲਬ ਇਹਦੇ ਗਲਤ ਅੰਕੜੇ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ, ਸਾਜਿਸ਼ ਆ ਇਹ। 84-83 ਗ੍ਰਾਮ ਆ ਜਿਹੜਾ ਇਹ ਪੰਜਾਬ ਦੀ ਅਵੇਲੇਬਿਲਟੀ ਆ, ਅਤੇ ਜਿਹੜੀ ਦੇਸ਼ ਦੀ ਅਵੇਲੇਬਿਲਟੀ 469 ਗ੍ਰਾਮ ਆ ਜੀ। ਮਤਲਬ ਇਹ 1283 ਗ੍ਰਾਮ ਨੂੰ ਤੁਸੀਂ 3 ਕਰੋੜ 16 ਲੱਖ ਲੋਕਾਂ ਨਾਲ ਲਾ ਲਓ, ਕਿੰਨੀ ਬਣ ਜੂ, 3.5 ਕਰੋੜ ਲੀਟਰ ਦੇ ਨੇੜੇ ਬਣ ਜੇ। ਅਸੀਂ ਤਾਂ 3 ਕਰੋੜ ਦੀ ਗੱਲ ਅੰਕੜੇ ਦਿੰਦੇ ਹਾਂ, 3 ਕਰੋੜ ਦਾ ਅੰਕੜਾ ਇਹ ਜੀ। ਸਤਿ ਸ਼੍ਰੀ ਅਕਾਲ, ਮਾਈ ਪੰਜਾਬੀ ਟੀ ਵੀ ਤੁਸੀਂ ਦੇਖ ਰਹੇ ਹੋ ਅਤੇ ਮੈਂ ਹਾਂ ਜੈਵਰਮਾ। ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਔਰ ਖਾਸ ਤੌਰ 'ਤੇ ਦੁੱਧ ਨੂੰ ਟਾਰਗੇਟ ਕੀਤਾ ਜਾ ਰਿਹਾ, ਔਰ ਇਹ ਕਿਹਾ ਜਾ ਰਿਹਾ ਕਿ ਦੁੱਧ ਠੀਕ ਨਹੀਂ ਆ ਰਿਹਾ, ਦੁੱਧ ਦੀ ਮਲਾਈ ਜਿਹੜੀ ਹੈ ਨਹੀਂ ਠੀਕ ਤਰ੍ਹਾਂ ਜੰਮ ਰਹੀ। ਸਾਡੇ ਨਾਲ ਪੰਜਾਬ ਡੈਰੀ ਫਾਰਮ ਐਸੋਸੀਏਸ਼ਨ ਤੋਂ ਦਲਜੀਤ ਸਿੰਘ ਸਾਡੇ ਨਾਲ ਨੇ, ਗੱਲ ਕਰ ਲੈਂਦੇ ਹਾਂ। ਸਰ 2 ਮਿੰਟ, ਆਖਰ ਤਸਵੀਰਾਂ ਕਈ ਵਾਇਰਲ ਹੋ ਰਹੀਆਂ ਨੇ ਔਰ ਕਈ ਤਸਵੀਰਾਂ ਇੱਦਾਂ ਦੀਆਂ ਵੀ ਨੇ ਜਿਹਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਹੜਾ ਦੁੱਧ ਹੈਗਾ ਉਹ ਫੜਿਆ ਜਾ ਰਿਹਾ ਜਿਹੜਾ ਜਾਲੀ ਹੈਗਾ, ਔਰ ਪਨੀਰ ਜਿਹੜਾ ਹੈਗਾ ਜਾਲੀ ਫੜਿਆ ਜਾ ਰਿਹਾ, ਆਖਰ ਉਹਦੀ ਸੱਚਾਈ ਕੀ ਹੈਗੀ ਹੈ? ਨਹੀਂ ਦੇਖੋ, ਅਸੀਂ ਇਹ ਮੰਨਦੇ ਹਾਂ ਵੀ ਮਿਲਕ ਪ੍ਰੋਡਕਟ ਜਿਹੜੇ ਖੁੱਲ੍ਹੇ ਆ ਉਹਦੇ 'ਚ ਬਹੁਤ ਮਿਲਾਵਟ ਆ ਰਹੀ ਹੈ। ਪਨੀਰ ਤਾਂ ਬਹੁਤ ਵੱਡਾ ਮਾਫੀਆ ਚਲਾ ਰਿਹਾ, ਪਨੀਰ ਤਾਂ ਮੈਕਸੀਮਮ ਨਕਲੀ ਆ ਰਿਹਾ। ਜੇ ਤੁਸੀਂ ਵਧੀਆ ਰਿਪਿਊਟਡ ਕੰਪਨੀ ਤੋਂ ਨਹੀਂ ਲਓਗੇ ਉੱਥੇ ਉਹ ਨਕਲ ਆ ਰਹੀ ਹੈ। ਅਸੀਂ ਤਾਂ ਸਿਰਫ ਅੱਜ ਪ੍ਰੈਸ ਕਾਨਫਰੰਸ ਇਸ ਲਈ ਕਰ ਰਹੇ ਵੀ ਜਿਹੜਾ ਇਹ ਬਦਨਾਮ ਕੀਤਾ, ਜਿਹੜੇ ਅੰਕੜੇ ਗਲਤ ਦਿੱਤੇ ਜਾ ਰਹੇ ਆ। ਹੁਣ ਇਹ ਕਹਿੰਦੇ ਜੀ ਪੰਜਾਬ 'ਚ 16 ਲੱਖ ਲੀਟਰ ਦੁੱਧ ਪੈਦਾ ਹੁੰਦਾ ਅਤੇ ਬਾਕੀ ਦੁੱਧ ਨਕਲੀ ਆ। ਪੰਜਾਬ ਦੇ ਵਿੱਚ 3 ਕਰੋੜ ਲੀਟਰ ਤੋਂ ਵੱਧ ਦੁੱਧ ਪੈਦਾ ਹੁੰਦਾ, 1.5 ਕਰੋੜ ਪਿੰਡਾਂ ਦੇ ਵਿੱਚ ਯੂਜ਼ ਹੁੰਦਾ ਜਿਹੜਾ, ਜਾਂ ਜਿਹੜੇ ਪ੍ਰੋਡਕਟ ਜਿਹੜੇ ਆਪਣੇ ਲਈ ਦੁੱਧ ਪੈਦਾ ਕਰਦੇ ਜਾਂ ਪਿੰਡ ਪਿੰਡ ਦੇ ਵਿੱਚ ਜਿੱਥੇ ਪ੍ਰੋਡਕਸ਼ਨ ਹੁੰਦੀ ਆ। 75 ਲੱਖ ਲੀਟਰ ਦੁੱਧ ਜਿਹੜੀਆਂ ਔਰਗੇਨਾਈਜ਼ ਸੈਕਟਰ 'ਚ ਵੇਰਕਾ ਨੈਸਲੇ ਸਾਰੀਆਂ ਕੰਪਨੀ, ਜਿਵੇਂ 30 ਲੱਖ ਤਾਂ ਇਕੱਲਾ ਵੇਰਕਾ ਹੀ ਲੈਂਦਾ ਜੀ ਸਰਦੀਆਂ ਦੇ ਵਿੱਚ, ਅਤੇ 75 ਲੱਖ ਦੋਧੀ ਅਤੇ ਜਿਹੜੇ ਹਲਵਾਈ ਉਹ ਲੈਂਦੇ ਆ। ਮਤਲਬ ਇਹਦੇ ਗਲਤ ਅੰਕੜੇ ਦੇ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ, ਸਾਜਿਸ਼ ਆ ਇਹ। ਇਹਦੇ ਕਿਹਦੇ ਨੇ ਇਹ ਅੰਕੜੇ ਜਿਹੜੇ ਤੁਹਾਡੇ ਕੋਲ ਨੇ, ਉਹ ਕਿਹਦੇ ਅੰਕੜੇ? ਇਹ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਅੰਕੜੇ, ਤੁਸੀਂ ਜਾ ਕੇ ਗੂਗਲ ਕਰੋਗੇ ਤੁਸੀਂ ਸਾਰੀਆਂ ਸਟੇਟਾਂ ਦੇ ਅੰਕੜੇ ਕੱਢ ਲਓ। ਅਵੇਲੇਬਿਲਟੀ ਪੰਜਾਬ ਦੀ ਅਵੇਲੇਬਿਲਟੀ ਮਤਲਬ ਦੁੱਧ ਅਵੇਲੇਬਲ ਆ ਜਿੰਨਾ, 1284-83 ਗ੍ਰਾਮ ਆ ਜਿਹੜਾ ਇਹ ਪੰਜਾਬ ਦੀ ਅਵੇਲੇਬਿਲਟੀ ਆ, ਅਤੇ ਜਿਹੜੀ ਦੇਸ਼ ਦੀ ਅਵੇਲੇਬਿਲਟੀ 469 ਗ੍ਰਾਮ ਆ ਜੀ। ਮਤਲਬ ਇਹ 1283 ਗ੍ਰਾਮ ਨੂੰ ਤੁਸੀਂ 3 ਕਰੋੜ 16 ਲੱਖ ਲੋਕਾਂ ਨਾਲ ਲਾ ਲਓ, ਕਿੰਨੀ ਬਣ ਜੂ, 3.5 ਕਰੋੜ ਲੀਟਰ ਦੇ ਨੇੜੇ ਬਣ ਜੇ। ਅਸੀਂ ਤਾਂ 3 ਕਰੋੜ ਦੀ ਗੱਲ ਅੰਕੜੇ ਦਿੰਦੇ ਹਾਂ, 3 ਕਰੋੜ ਦਾ ਅੰਕੜਾ ਇਹ ਜੀ। ਇਹ ਅੰਕੜੇ ਨੇ ਜਿਹੜੇ ਦੁੱਧ ਪ੍ਰੋਡਕਸ਼ਨ ਦੇ, ਇਹਨੂੰ ਐਡੇ ਗਲਤ ਜਿਹੜੇ ਇਹ ਪੱਤਰਕਾਰ ਵੀਰ ਜਾਂ ਜਿਹੜੇ ਬਿਨਾਂ ਕਿਸੇ ਘੋਖ ਤੋਂ ਜਾਂ ਜਿਹੜੇ ਇਹ ਸਾਡੇ ਅੱਜ ਕੱਲ੍ਹ ਵੈੱਬ ਚੈਨਲ ਚੱਲ ਪਏ ਨੇ, ਹਰੇਕ ਨੂੰ ਆਪਣਾ ਇਹ ਨਾ ਉਹਨਾਂ ਦਾ ਕਿਸੇ ਯੂਨੀਵਰਸਿਟੀ ਨਾਲ ਸੰਬੰਧ ਹੁੰਦਾ, ਨਾ ਮਾਹਰ ਨਾਲ ਸੰਬੰਧ ਹੁੰਦਾ। ਤੁਰੇ ਜਾਂਦੇ ਨੂੰ ਕਹਿੰਦੇ ਤੂੰ ਬਹਿ ਜਾ, ਤੂੰ ਆਹ ਬੋਲਦੀ, ਉਹ ਬੋਲ ਦਿੰਦਾ। ਅਸੀਂ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਕਹਿੰਦੇ ਹਾਂ ਵੀ ਆਪਣੇ ਜਿੱਥੇ ਪੋਜ਼ੀਟਿਵ ਗੱਲ ਚਲਾਓ
ਆਪਣੀ ਜਿਹੜੀ ਤੁਸੀਂ ਗਲਤ ਖਬਰਾਂ ਲਾਈਆਂ ਨੂੰ ਸਹੀ ਕਰੋ, ਨਹੀਂ ਅਸੀਂ ਤੁਹਾਨੂੰ ਇੱਕ ਹਫ਼ਤੇ 'ਚ ਨੋਟਿਸ ਭੇਜ ਰਹੇ ਹਾਂ, ਤੁਸੀਂ ਸਾਡੇ ਧੰਦੇ ਨੂੰ ਪ੍ਰਭਾਵਿਤ ਕਰ ਰਹੇ ਹੋ, ਤੁਸੀਂ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਰਹੇ ਹੋ। ਤੁਸੀਂ ਅੱਜ ਮਿਲਾਵਟ ਕਿਹੜੇ ਮਸਾਲੇ 'ਚ ਨਹੀਂ ਹੈ, ਮਿਲਾਵਟ ਕਿਹੜੇ ਤੁਹਾਡਾ ਦਾਲ ਹਰ ਚੀਜ਼ ਜਿਹੜੀ ਰਸੋਈ 'ਚ ਜਾ ਰਹੀ ਕਿ 'ਚ ਮਿਲਾਵਟ ਨਹੀਂ ਹੈਗੀ, ਮਿਲਾਵਟ ਹਰ ਚੀਜ਼ 'ਚ ਆ। ਪਰ ਦੁੱਧ ਇਹੋ ਜਿਹੀ ਚੀਜ਼ ਆ, ਜੇ ਤੁਸੀਂ ਰਿਪਿਊਟਡ ਕੰਪਨੀ ਤੋਂ ਲਓ, ਸਿੱਧਾ ਫਾਰਮਰ ਤੋਂ ਲਓ, ਦੁੱਧ ਅਤੇ ਦੁੱਧ ਪ੍ਰੋਡਕਟ ਤੁਸੀਂ ਕੰਪਨੀ ਤੋਂ ਲੈਂਦੇ, ਮੰਨ ਲਓ ਵੇਰਕਾ ਤੋਂ ਦੁੱਧ ਜਾਂ ਪਨੀਰ ਲੈਂਦੇ ਹੋ, ਠੀਕ ਹੈ, ਜਾਂ ਸੁਪਰ ਤੋਂ ਲੈਂਦੇ ਹੋ ਜਾਂ ਨੈਸਲੇ ਤੋਂ, ਕਿਸੇ ਤੋਂ ਵੀ ਲੈਂਦੇ ਹੋ, ਉੱਥੇ ਤੁਹਾਨੂੰ ਉਹ ਜ਼ਿੰਮੇਵਾਰ ਆ, ਉਹ ਤੁਹਾਨੂੰ ਬਿਲਕੁਲ ਟੈਸਟ ਕਰਕੇ ਦੁੱਧ ਲੈਂਦੇ, ਟੈਸਟ ਕਰਕੇ ਉਹਨਾਂ ਦਾ ਜਿਹੜੇ ਸਾਰੇ ਪ੍ਰੋਡਕਟ ਨਿਕਲਦੇ ਪੂਰੇ ਸਹੀ ਪ੍ਰੋਡਕਟ ਨੇ, ਘਿਓ ਲੈਂਦੇ, ਸਭ ਚੀਜ਼ ਵਧੀਆ ਮਿਲੂ। ਹੁਣ ਜੇ ਤੁਸੀਂ ਸਸਤੇ ਦੇ ਚੱਕਰ 'ਚ ਖੁੱਲ੍ਹਾ ਲੈਣਾ ਵਾ, ਉੱਥੇ ਤਾਂ ਨਕਲੀ, ਤੁਹਾਨੂੰ ਪਤਾ ਦੇਸ਼ 'ਚ ਆਪਣੇ ਕਾਬੂ ਹੀ ਕੁਛ ਨਹੀਂ ਹੈ, ਉਹ ਅਸੀਂ ਕਹਿੰਦੇ ਵੀ ਜਿਹੜਾ ਨਕਲੀ ਆ ਰਿਹਾ ਉਹ ਖੁੱਲ੍ਹਾ ਆ ਰਿਹਾ, ਉਹਦੇ 'ਚ ਖਾਸ ਕਰ ਮਾਫੀਆ ਵਾ, ਪਨੀਰ 'ਚ ਬਹੁਤ ਵੱਡਾ ਮਾਫੀਆ, ਉਹਦੇ ਖਿਲਾਫ਼ ਅਸੀਂ ਵੀ ਪਿੱਛੇ ਬਹੁਤ ਕੰਮ ਕੀਤਾ। ਉਹਦੇ ਲਈ ਅਸੀਂ ਇੱਕ ਜਾਗਰਤ ਕਰਨ ਲਈ ਲੋਕਾਂ ਨੂੰ ਮੁਹਿੰਮ ਵੀ ਚਲਾ ਰਹੇ ਹਾਂ ਵੀ ਨਕਲੀ ਪਨੀਰ ਤੋਂ ਬਚੋ। ਅਸੀਂ ਵੀ ਉਹ ਚੀਜ਼ ਦੇ ਅਸੀਂ ਸ਼ੁਰੂ ਕਰ ਰਹੇ ਹਾਂ, ਨਕਲੀ ਜਿਹੜੇ ਦੁੱਧ ਅਤੇ ਦੁੱਧ ਦੇ ਪ੍ਰੋਡਕਟ ਆ ਜਿਹੜੇ ਖੁੱਲ੍ਹਾ ਆ ਰਿਹਾ ਉਹਦੇ ਤੋਂ ਬਚੋ। ਇਹਦੀ ਸ਼ੁਰੂਆਤ ਕਿਸ ਤਰ੍ਹਾਂ ਹੋਏਗੀ, ਕਿਸ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਵੀ ਕੁਝ ਆਂਕੜੇ ਆਏ ਨੇ ਜਾਂ ਫਿਰ ਪਿੰਡਾਂ ਦੇ ਵਿੱਚ ਜਾਓਗੇ, ਕਿਸ ਤਰ੍ਹਾਂ ਸ਼ੁਰੂਆਤ ਕਰੋਗੇ, ਕਿੰਨੇ ਕੁ ਮੈਂਬਰ ਤੁਹਾਡੇ ਨਾਲ ਹੋਣਗੇ, ਔਰ ਕੀ ਪੰਜਾਬ ਸਰਕਾਰ ਦੀ ਵੀ ਮਦਦ ਲਓਗੇ ਇਹਦੇ ਵਿੱਚ? ਨਹੀਂ, ਅਸੀਂ ਤਾਂ ਆਪਣੀ ਐਸੋਸੀਏਸ਼ਨ ਲੈਵਲ 'ਤੇ, ਅਸੀਂ ਸੋਸ਼ਲ ਮੀਡੀਆ 'ਤੇ ਅਖਬਾਰਾਂ ਰਾਹੀਂ ਅਸੀਂ ਆਪਣਾ ਇੱਕ ਪਲਾਨ ਬਣਾ ਰਹੇ ਹਾਂ ਵੀ ਅਸੀਂ ਇਹਨੂੰ ਸ਼ੁਰੂਆਤ, ਲੋਕ ਹੀ ਅਸੀਂ ਥੱਕ ਗਏ ਹਾਂ ਸਰਕਾਰਾਂ ਕੋਲ ਜਾ ਕੇ, ਕਿਸੇ ਸਰਕਾਰ ਜਿੰਨੀਆਂ ਵੀ ਸਰਕਾਰਾਂ ਆਈਆਂ ਕੋਈ ਇਹ 'ਤੇ ਕੰਮ ਨਹੀਂ ਕਰਦੀ। ਅਸੀਂ ਤਾਂ ਸਿਰਫ ਆਪਦੀ ਅਵੇਅਰਨੈਸ ਆਪਦੇ ਅਸੀਂ ਆਪਦੇ ਵੱਲੋਂ ਅਸੀਂ ਆਪਣੇ ਐਸੋਸੀਏਸ਼ਨ ਵੱਲੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੁਰੂ ਕਰਾਂਗੇ, ਫਿਰ ਅਸੀਂ ਨਾਲ ਦੀ ਨਾਲ ਅਖਬਾਰਾਂ 'ਤੇ ਹੋਰ ਜਿੱਥੇ ਸਾਡਾ ਜਿਵੇਂ ਅਸੀਂ ਇਹਦੀ ਸਟ੍ਰੈਟਜੀ ਬਣਾ ਰਹੇ ਹਾਂ ਵੀ ਅਸੀਂ ਆਪਣਾ ਇੱਕ ਉਦਮ ਸ਼ੁਰੂ ਕਰੀਏ ਵੀ ਲੋਕਾਂ ਨੂੰ ਸਮਝਾਈਏ ਵੀ ਚੰਗੀ ਚੀਜ਼ ਲਓ, ਵਧੀਆ ਰਿਪਿਊਟਡ ਕੰਪਨੀ ਤੋਂ ਲਓ, ਪੈਕਟ ਲਓ, ਜੇ ਦੁੱਧ ਲੈਣਾ ਲੂਜ਼ ਲੈਣਾ ਤਾਂ ਸਿੱਧਾ ਫਾਰਮਰ ਤੋਂ ਲਓ, ਠੀਕ ਹੈ ਜੀ। ਇਹ ਸੀ ਸਰ ਸ਼ੁਰੂ। ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਵਿਆਹਾਂ ਦਾ ਸੀਜ਼ਨ ਜਿਹੜਾ ਕੁਝ ਸਮੇਂ ਬਾਅਦ ਸ਼ੁਰੂ ਹੋ ਜਾਏਗਾ, ਤਿਉਹਾਰ ਜਿਹੜੇ ਨੇ ਉਹ ਸ਼ੁਰੂ ਹੋ ਜਾਣਗੇ, ਉਹਦੇ ਦੇ ਵਿੱਚ ਫਿਰ ਕਹਿ ਰਹੇ ਕਿ ਨਕਲੀ ਦੁੱਧ ਨਕਲੀ ਪਨੀਰ ਜਿਹੜਾ ਬੜਾ ਧੜੱਲੇ ਨਾਲ, ਇਹਦਾ ਰੌਲਾ ਕਿਉਂ ਪੈਂਦਾ ਜੀ ਤਿਉਹਾਰਾਂ ਵਿੱਚ? ਅਗਰ ਤੁਸੀਂ ਕਦੇ ਸੋਚਿਆ ਜਦੋਂ ਆਪਾਂ ਪਹਿਲਾਂ ਵਿਆਹਾਂ 'ਤੇ ਹਰੇਕ ਬੰਦਾ ਆਪਣੇ ਤਿਉਹਾਰਾਂ ਦੇ ਉੱਤੇ ਪੈਕਟ ਆਪਣੇ ਆਪਾਂ ਕੋਈ ਵੀ ਆਪਾਂ ਕਿਸੇ ਨੂੰ ਕੋਈ ਗਿਫਟ ਦੇਣ ਜਾਂਦੇ, ਆਪਾਂ ਮਠਿਆਈ ਦੇਣ ਜਾਂਦੇ ਜੀ, ਹੁਣ ਜਗ੍ਹਾ ਕਿਹਨੇ ਲੈ ਲਈ ਜੀ? ਚੋਕਲੇਟ ਨੇ, ਡਰਾਈ ਫਰੂਟ ਨੇ। ਇਹ ਬੜੀ ਵੱਡੀ ਸਾਜਿਸ਼ ਅਧੀਨ ਇਹ ਜਿਹੜੇ ਇਹਨਾਂ ਦੇ ਸਟੋਕਿਸਟ ਆ ਵੱਡੇ ਵੱਡੇ, ਇਹ ਜਾ ਕੇ ਤਿਉਹਾਰਾਂ ਨੇੜੇ ਰੌਲਾ ਪਵਾਉਂਦੇ, ਲੋਕ ਮਠਿਆਈ ਤੋਂ ਪਾਸੇ ਹਟ ਕੇ ਇਹ ਚੀਜ਼ਾਂ ਦੇਣ, ਇਹ ਇੱਕ ਬਹੁਤ ਵੱਡੀ ਸਾਜਿਸ਼ ਆ। ਬਾਕੀ ਅਸੀਂ ਪ੍ਰੈਸ ਕਾਨਫਰੰਸ ਤੁਹਾਨੂੰ ਸਾਰਾ ਕੁਝ ਦੱਸਦੇ ਹਾਂ ਜੀ ਇਹਦੇ 'ਚ। ਹਾਂਜੀ ਹਾਂਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਅਤੇ ਦਲਜੀਤ ਸਿੰਘ ਸਾਡੇ ਨਾਲ ਸੀਗੇ, ਔਰ ਪੰਜਾਬ ਦੇ ਜਿਹੜੇ ਡੈਰੀ ਫਾਰਮਰਸ ਨੇ ਉਹਨਾਂ ਵੱਲੋਂ ਵੀ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਇਹ ਕਿਤੇ ਨਾ ਕਿਤੇ ਇੱਕ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਜਾਵੇਗੀ, ਔਰ ਤਮਾਮ ਗੱਲਬਾਤ ਕੀਤੀ ਹੈ, ਸਾਰੀ ਗੱਲਬਾਤ ਨੂੰ ਲੈ ਕੇ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬੋਕਸ ਦੇ ਵਿੱਚ ਕਮੈਂਟ ਕਰਕੇ ਜੋ ਦੱਸੋ। ਵੀਡੀਓ ਜਸ਼ਨ ਦੇ ਨਾਲ ਮਾਈ ਪੰਜਾਬੀ ਟੀਵੀ ਚੰਡੀਗੜ੍ਹ।